ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਖੜ੍ਹੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਅਤੇ ਲੈ ਕੇ ਆਏ ਅੱਜ ਇੱਕ ਹੋਰ ਨਵੀਂ ਵੀਡੀਓ। ਅਤੇ ਦੇਖਾਂਗੇ ਆਪਾਂ ਅੱਜ ਬਠਿੰਡੇ ਦਾ ਕਿਲ੍ਹਾ। ਇਹ ਹੈ ਬਠਿੰਡੇ ਸ਼ਹਿਰ ਦਾ ਕਿਲ੍ਹਾ, ਕਿਲ੍ਹਾ ਮੁਬਾਰਕ। ਦਰਸ਼ਕੋ, ਕਿਲ੍ਹੇ ਦਾ ਨਿਰਮਾਣ ਰਾਜਾ ਦਾਬਾ ਨੇ 90 ਈਸਵੀ ਵਿੱਚ ਕਰਵਾਇਆ ਸੀ ਅਤੇ ਬਾਅਦ ਦੇ ਵਿੱਚ ਖੇਤਰ ਦੇ ਸ਼ਾਸਕਾਂ ਦੁਆਰਾ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ। ਦਰਸ਼ਕੋ, ਦਿੱਲੀ ਦੀ ਪਹਿਲੀ ਰਾਣੀ ਰਜ਼ੀਆ ਸੁਲਤਾਨ ਸੀਗੀ, ਉਹਨੂੰ ਵੀ ਐਸੇ ਕਿਲ੍ਹੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਅਤੇ ਮੁਗਲ ਬਾਦਸ਼ਾਹ ਅਕਬਰ ਦੇ ਅਧੀਨ ਕਈ ਵਾਰ ਵਧਾਇਆ ਗਿਆ ਸੀ ਇਹ ਕਿਲ੍ਹਾ। ਬਠਿੰਡੇ ਨੇ 1754 ਦੇ ਦੌਰਾਨ ਮੁਗਲਾਂ ਨੂੰ ਖਦੇੜ ਦਿੱਤਾ ਸੀ ਅਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਆਲਾ ਸਿੰਘ ਦੇ ਯਤਨਾਂ ਨਾਲ ਮੁਗਲਾਂ ਦੇ ਹਮਲੇ ਨੂੰ ਰੋਕ ਦਿੱਤਾ ਸੀ। ਇਸ ਕਿਲ੍ਹੇ ਨੂੰ ਰਾਸ਼ਟਰੀ ਮਹੱਤਵ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਭਾਰਤੀ ਪੁਰਾਤਨ ਵਿਭਾਗ ਦੁਆਰਾ ਕਿਲ੍ਹੇ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਦਿੱਲੀ ਤੋਂ ਲਾਹੌਰ ਵੱਲ ਜਾਂਦੇ ਸਮੇਂ ਨਾ ਇਹ ਰਾਹਗੀਰਾਂ ਵਾਸਤੇ ਸਰਾਂ ਦਾ ਕੰਮ ਵੀ ਕਰਦਾ ਸੀ ਅਤੇ ਰਾਹਗੀਰ ਇੱਥੇ ਰੁਕ ਕੇ ਜਾਂਦੇ ਸੀ
ਇਹ ਬਠਿੰਡੇ ਵਿੱਚ ਸਭ ਤੋਂ ਉੱਚੀ ਜਗ੍ਹਾ 'ਤੇ ਬਣਿਆ ਹੋਇਆ ਅਤੇ ਕਿਸੇ ਟਾਈਮ ਇਹਦੇ ਇਹਨਾਂ ਮੁੱਖ ਦਰਵਾਜ਼ੇ ਦੇ ਅੱਗੋਂ ਦੀ ਇੱਕ ਨਦੀ ਵਗਦੀ ਸੀ ਅਤੇ ਦਰਸ਼ਕ ਹੁਣ ਇਹਦੇ ਆਲੇ ਦੁਆਲੇ ਸੰਘਣੀ ਆਬਾਦੀ ਵਾਲਾ ਸ਼ਹਿਰ ਵਸ ਚੁੱਕਿਆ ਅਤੇ ਉਹਨਾਂ ਟਾਈਮਾਂ ਦੇ ਵਿੱਚ ਇਹ ਇਕੱਲਾ ਹੀ ਉੱਚੇ ਥਾਂ 'ਤੇ ਬਣਿਆ ਹੋਇਆ ਸੀ। ਦਰਸ਼ਕੋ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 21 ਜੂਨ 1706 ਨੂੰ ਬਠਿੰਡਾ ਵਿਖੇ ਆਏ ਸੀ ਨਾ ਤਾਂ ਉਹਨਾਂ ਨੇ ਹਾਜੀ ਰਤਨ ਨਾਲ ਵਚਨ ਬਲਾਸ ਕੀਤੇ ਸੀ। ਉੱਥੇ ਹਾਜੀ ਰਤਨ ਗੁਰਦੁਆਰਾ ਅਲੱਗ ਤੋਂ ਬਣਿਆ ਹੋਇਆ ਹੈਗਾ। ਇਸ ਕਿਲੇ ਦੇ ਵਿੱਚ ਨਾ ਇੱਕ ਕਾਣਾ ਦਿਓ ਰਹਿੰਦਾ ਸੀ ਜਿਹੜਾ ਕਿ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਸੀ ਨਾ ਉਹਨਾਂ ਨੂੰ ਤੰਗ ਬਹੁਤ ਕਰਦਾ ਸੀ, ਉਹਨਾਂ ਦੇ ਘਰ ਮਕਾਨ ਢਾਹ ਦਿੰਦਾ ਸੀ। ਅਤੇ ਸੰਗਤ ਨੂੰ ਜਦੋਂ ਪਤਾ ਲੱਗਿਆ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਆਏ ਹੋਏ ਨੇ ਤਾਂ ਉਹਨਾਂ ਨੇ ਉਹਨਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਕਿਲੇ ਵਿੱਚ ਆਓ ਅਤੇ ਸਾਡਾ ਉਹ ਕਾਣਾ ਦਿਓ ਤੋਂ ਖਹਿੜਾ ਛੜਵਾਓ। ਤਾਂ ਗੁਰੂ ਜੀ ਨੇ ਕਿਲੇ ਵਿੱਚ ਆ ਕੇ ਆਪਣੇ ਚਰਨ ਪਾਏ ਅਤੇ ਕਾਣਾ ਦਿਓ ਦੀ ਮੁਕਤੀ ਕੀਤੀ, ਉਹਨੂੰ ਇੱਥੋਂ ਸਦਾ ਵਾਸਤੇ ਭਜਾ ਦਿੱਤਾ ਤਾਂ ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸੁੱਖ ਦਾ ਸਾਹ ਲਿਆ। ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਥੋੜ੍ਹਾ ਸਮਾਂ ਬਿਤਾਉਣ ਤੋਂ ਬਾਅਦ ਅੱਗੇ ਚਲੇ ਗਏ ਸੀ। ਸੋ ਦੋਸਤੋ, ਵੀਡੀਓ ਕਿਵੇਂ ਦੀ ਲੱਗੀ? ਵੀਡੀਓ 'ਤੇ ਤੁਸੀਂ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਅਤੇ ਤੁਸੀਂ ਇਸੇ ਤਰ੍ਹਾਂ ਦੇ ਹੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ 'ਤੇ ਤੁਸੀਂ ਆ ਸਕਦੇ ਹੋ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ।